ਲਵਾ ਦਾਂਗੇ ਦਿੱਤੇ ਵੋਟ ਖੜਵੰਜਿਆ ਪਿੱਛੇ ਕਿੰਨੇ ਵੋਟ ਦਿੱਤੇ ਵੋਟ ਦਿੱਤੇ ਨੇ ਯਾਨੀ ਕਿ ਜ਼ਿਆਦਾ ਪੱਤੇ ਕੋਈ ਇਹਨੇ ਕਿੰਨੇ ਬਿਲ ਬੈਠਣ ਕਰੀ 8 10 ਘਰ ਉਹ ਆ ਜਾ ਜੋ ਕਿੰਨੇ ਵੋਟ ਦਵਾਏ ਇਹਨੇ ਵੋਟ ਕਰ ਦਿੰਦੇ ਇਹਨੇ ਦਵਾਏ ਨੇ ਸਿਰਫ ਔਖੜ ਬੰਦੀਆਂ ਪਿੱਛੇ ਜਮੀਨ ਦਾ ਸੌਦਾ ਕਰ ਦਿੰਦੇ ਹਜ਼ਾਰਾ ਸਿੰਘ ਦਾ ਨਾਮ ਤੇ ਜੀ 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 ਸਾਡੇ ਪਿੰਡ ਚ ਅਕਸਰ ਕਿਹੜੇ ਦਿੱਤੇ ਨੇ ਬੋਰਡ ਸਿਰਫ ਖੜਵੰਜੇ ਪਰ ਦਿੱਤੇ ਨੇ ਥੋੜਾ ਥੋੜਾ ਲਾ ਦਿੱਤਾ ਖੜਵੰਜਾ ਬਕਾਇਆ ਕਹਿੰਦੇ ਇਲੈਕਸ਼ਨ ਤੋਂ ਬਾਅਦ ਕਰਵਾਵਾਂਗੇ ਤੁਹਾਡਾ ਅਲਹਮਦੁਲਿਲਾਹ ਮੈਂ ਗੱਲ ਇਹ ਕਰਦਾ ਕੀਤੀ ਮਸਜਿਦ ਦਸ ਬੋਰਡ ਸਾਡੇ ਜੀ ਆਪਦੇ ਘਰ ਦੇ ਨੇ ਦਸ ਸਾਡੇ ਮਸੇਰਾਂ ਦੇ ਨੇ 20 ਬੋਰਡ ਅਸੀਂ ਪਾਏ ਨੇ ਅਗਲੀ ਵਾਰੀ ਵੀ ਪਾਏ ਨੇ ਤੇ ਪਾਉਂਦੇ ਰਹਾਂਗੇ ਇਨਸ਼ਾਅੱਲਾ ਖੜਵੰਜਿਆ ਪਿੱਛੇ ਵੋਟ ਪਾਏ ਕਰ ਲੋ ਜਿਨ੍ਹਾਂ ਨੇ ਵੀ ਪਾਏ ਕੋਈ ਵੀ ਪਾਰਟੀ ਦਾ ਹੁਣ ਮੈਨੂੰ ਇਹ ਦੱਸੋ ਕਿ ਇਲੈਕਸ਼ਨ ਹੋ ਗਿਆ ਉਹ ਜਿੱਤ ਗਏ ਤੁਹਾਡੇ ਪਿੰਡ ਦਾ ਇੱਕ ਵੱਡਾ ਵੀ ਤਾਂ ਹੋਵੇਗਾ ਉਹਨਾਂ ਦੇ ਡੇਰੇ ਤੇ ਜਾਵੇਗਾ ਸਵਾਲ ਕਰੇਗਾ ਹਾਂਜੀ ਮੀਆਂ ਜੀ ਤੁਹਾਨੂੰ ਅਸੀਂ ਵੋਟ ਪਾਏ ਸਾਡਾ ਖੜਵੰਜਾ ਲਵਾਓ ਤੇ ਬਸ ਬੋਲ ਜਾਵਾਂਗੇ ਆਪਾਂ ਕਿ ਅਗਲੀ ਵਾਰੀ ਆਵਾਂਗੇ ਫਿਰ ਆਪਾਂ ਥੋੜਾ ਜਿਹਾ ਹੁਣ ਖੜਵੰਜਾ ਕਿਹਦਾ ਲੱਗਣਾ ਸੀ ਹੁਣ ਨਹੀਂ ਲੱਗਦਾ ਖੜਵੰਜਾ ਬਸ ਕੈਨਸਲ ਹੋ ਗਿਆ ਆ ਫਿਰ ਸਾਡੀ ਪੱਕੀਆਂ ਦਾ ਨਾ ਕਿ ਬਣਨੇ ਸੀ ਨਹੀਂ ਬਣੀ ਸਾਡੀ ਜੀ ਬੜਾ ਅਰਸਾ ਹੋ ਗਿਆ ਨਹੀਂ ਫਿਰ ਮੈਨੂੰ ਮੇਰਾ ਇੱਕ ਹੋਰ ਸਵਾਲ ਹੈ ਕਿ ਫਿਰ ਤੁਸੀਂ ਲੋਕਾਂ ਨੇ ਵੋਟ ਉਹਨਾਂ ਨੂੰ ਖੜਵੰਜੇ ਪਿੱਛੇ ਕਿਉਂ ਪਾਏ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਸਾਡਾ ਤਾਂ ਪਿੱਛੇ ਵੀ ਉਹਨਾਂ ਨੇ ਬਾਬਿਆਂ ਨੂੰ ਸੀ ਆਂਦੀ ਨਸਲ ਤੋੜੀ ਬਾਬਿਆਂ ਨੂੰ ਹੋਵੇਗਾ ਅੱਛਾ ਹੁਣ ਦੱਸੋ ਜੀ ਤੁਹਾਡਾ ਨਾਂ ਕੀ ਹੈ ਸਰਕਾਰ ਮੁਹੰਮਦ ਰਸ਼ੀਦ ਜੀ ਰਸ਼ੀਦ ਸਾਹਿਬ ਹੁਣ ਦੱਸੋ ਨਾ ਉਹ ਬਾਈਰਨ ਤੁਹਾਡਾ ਕੀ ਨਾਂ ਹੈ ਵਸੀਮ ਬਾਈ ਦਾ ਸਵਾਲ ਹੈ ਦੱਸੋ ਜੀ ਹੁਣ ਆਪਾਂ ਇਹਦਾ ਕੀ ਹਾਲ ਕਰੀਏ ਆ ਮਸਜਿਦ ਕੋਲੇ ਖੜੋਤੀ ਇਹਨੂੰ ਪੁੱਛੋ ਇਹਨੇ ਮੈਨੂੰ ਗੱਲ ਕੀਤੀ ਹੈ ਜਾਂ ਲੜਨਾ ਨਹੀਂ ਇਹ ਕੈਮਰੇ ਦੇ ਗਾੜੀ ਹੋ ਜਾਏਗਾ ਇਹ ਨਹੀਂ ਲੜਦਾ ਖੁਦਾ ਨਾ ਖਾਸਤਾ ਟੱਕਰੇ ਜਾਂਦੇ ਦੇਣ ਤੇ ਯਾਰ ਸੁੱਲਾ ਨੂੰ ਹੈਗੇ ਸੀ ਲੈ ਕਰ ਲੈਣਾ ਸਰਾਂ ਕੂਟਾ ਪਾ ਵੈਸੇ ਤਾਂ ਆਰਾਮ ਦੇ ਹੋ ਜਾਏਗਾ ਨਾ ਹਾਂਜੀ ਵੈਸੇ ਤਾਂ ਦੋ ਨੰਬਰ ਹੀ ਆਰਾਮ ਦੇ ਹੋ ਜਾਏਗਾ ਉਹ ਕਿਹੜਾ ਜੀ ਫਿਰ ਉਹਨਾਂ ਨਾਲ ਦੋ ਨੰਬਰ ਹੀ ਹੋ ਜਾਵੇ ਹੋ ਜਾਂਦੇ ਉਹ ਕਿਹੜਾ ਜੀ ਆਰਾਮ ਦਾ ਨਹੀਂ ਖਾਂਦੇ ਪੈ ਨੇ ਉਹ ਵੀ ਆਰਾਮ ਦੇ ਕਮਾਉਂਦੇ ਪੈ ਨੇ ਪਿੱਛੋਂ ਲੈਣ ਦੇ ਗਰੰਟਾ ਦਿੰਦੇ ਨੇ ਆਪਦੇ ਕੋਲ ਥੋੜਾ ਦਿੰਦੇ ਨੇ ਅੱਛਾ ਹਾਂਜੀ ਆ ਗਿਆ ਨਾ ਉਸ ਲੈਣ ਤੇ ਕਿ ਆਰਾਮ ਦਾ ਮੱਡੀ ਮਾਰ ਕੇ ਫਿਰ ਯਾਰ ਸੁਣਨ ਅਸੀਂ ਦਵਾਂਗੇ ਸਾਡਾ ਭਾਈ ਸਾਡੇ ਕਿਹੜੇ ਬਜ਼ੁਰਗ ਸਾਰੇ ਸਾਡੀ ਜਾਨ ਕੱਢ ਦੇਣਾ ਅਸੀਂ ਪੀਰਾਂ ਨਾ ਦੀਏ ਰਿਪੋਰਟ ਆਪਣੀ ਗੱਲ ਕੀਤੀ ਸੀ ਇਹਨਾਂ ਦੇ ਘਰ ਦੇ ਬਾਰੇ ਨੀ ਇਹਨੇ ਆਪਣੀ ਗੱਲ ਕੀਤੀ 5000 ਰੁਪਇਆ ਮੈਨੂੰ ਦੇਵੇ ਕੋਈ ਵੀ ਮੈਂ ਆਪਦਾ ਵੋਟ ਆਉਂਦਾ ਰਾਤ ਨੂੰ ਵੇਚਦਾ ਪੁੱਛ ਲੋ ਇਸ ਨੂੰ ਆ ਮਸਜਿਦ ਕਰ ਲੋ ਕਿੰਨੇ ਬੱਚੇ ਨੇ ਦੋ ਬੱਚੇ ਨੇ ਦੋ ਸਾਲਾਂ ਦੀ ਦੋ ਤਿੰਨ ਸਾਲਾਂ ਦੀ ਬੱਚੀ ਅੱਛਾ ਹੁਣ ਉਹਨਾਂ ਦਾ ਫਿਊਚਰ ਕੀ ਹੈਗਾ ਆਪਾਂ ਤਾਂ ਜ਼ਿੰਦਗੀ ਗੁਜ਼ਾਰ ਦਿੱਤੀ ਖੜਿਆਂ ਦੇ ਵਿੱਚ ਸਾਰਾ ਕੁਝ ਸਾਨੂੰ ਵੀ ਪਤਾ ਸੀ ਕਿਵੇਂ ਤੇ ਪਹੁੰਚੇ ਵਿਦਾ ਤੇ ਕਰੇ ਨਹੀਂ ਉਹਨਾਂ ਦਾ ਫਿਊਚਰ ਕੀ ਹੈਗਾ ਮਤਲਬ ਬੇਬੀ ਆਏ ਹੋ ਮੇਰੇ ਦੋਸਤਾਂ ਸ਼ਾਮ ਹਾਂ ਜੀ ਇੱਕ ਸ਼ੇਰ ਨੂੰ ਦੇ ਦਾਂਗੇ ਲੈ ਬੱਲੇ ਨੂੰ ਨਹੀਂ ਹੁਣ ਉਹਨਾਂ ਦਾ ਫਿਊਚਰ ਕੀ ਹੈਗਾ ਇੱਕ ਬੰਦੇ ਦੀ ਆਦੀ ਜ਼ਾਤੀ ਸੋਚ ਹੁੰਦੀ ਆਪਾਂ 5000 ਵਿੱਚ ਕਿਵੇਂ ਵੋਟ ਵੇਚ ਸਕਦੇ ਹਾਂ ਜੀ ਮਜ਼ਾਕ ਕੀਤਾ ਸੀ ਨਾ ਪੜ ਕੇ ਵਸੀਮ ਭਾਈ ਇਹ ਗੱਲ ਕੈਮਰੇ ਤੇ ਆ ਰਹੀ ਹੈ 15000 ਬੰਦੇ ਨੇ ਅੱਜ ਹੀ ਵੇਖਣੀ ਹੈ ਸਿੱਧੀ ਸਿੱਧੀ ਮਜ਼ਾਕ ਸੱਟੋ ਨੈਟ ਦਾ ਸੱਟੋ ਸਾਜੀ ਅਸੀਂ ਇਹ ਬੰਦਾ ਕਹਿ ਰਿਹਾ ਕਿ ਮਜ਼ਾਕ ਹੈ ਪੈਸੇ ਦੀ ਗੱਲ ਨਹੀਂ ਕੋਈ ਮਜ਼ਾਕ ਹੁੰਦਾ ਬਲਾ ਤੁਸੀਂ ਦੱਸੋ ਨਹੀਂ ਕੋਈ ਮਜ਼ਾਕ ਨਹੀਂ ਇੱਥੇ ਮਜ਼ਾਕ ਕੀਤਾ ਨਹੀਂ ਜਾਂਦਾ ਬਾਬੂ ਸ ਕੇ ਜਿਹੜੀ ਭਾਈ ਨੇ ਗੱਲ ਕੀਤੀ ਹੈ ਵੋਟ ਵਾਲੀ ਉਹਦਾ ਕੀ ਹਾਲ ਹੈ
ਮਤਲਬ ਤੂੰ ਇਹ ਕਹਿੰਦਾ ਕਿ ਮੈਂ ਠੱਪਾ ਕਰੇਨ ਤੇ ਲਾਇਆ ਠੱਪਾ ਕਰੇਨ ਤੇ ਜੀ ਲਾਇਆ ਸੀ ਕਹਿੰਦਾ ਇੱਕ ਗੱਲ ਹੋਰ ਜੀ ਅਗਰ ਪਾਂਸ ਦਾ ਟਰੈਕਟਰ ਜਾਂਦਾ ਫਿਰ ਕਰੇਨ ਤੇ ਲਾਣਾ ਸੀ ਤੇ ਉਹ ਫਿਰ ਜਿੰਨੇ ਤੋਂ ਤੂੰ ਪੈਸੇ ਲਿਆਉਂਦਾ ਨਾ ਦੋ ਨੰਬਰ ਨਾ ਹੋਈ ਖਾਈ ਜਾਂਦੀ ਹੈ ਉਹ ਅੱਗੋਂ ਤੋਂ ਮਾਮ ਲੁੱਟਿਆਂ ਦੇ ਅਸੀਂ ਲੁੱਟਾਂਗੇ ਕਿਆ ਬਾਤ ਵਸੀਮ ਤੋਂ ਯਕੀਨ ਕਰ ਬੜਾ ਵਾਇਰਲ ਹੋ ਗਿਆ ਫਿਰ ਤਾਂ ਮੈਂ ਸਪੈਸ਼ਲ ਪੋਸਟਿੰਗ ਲਵਾ ਇੱਕ ਲੱਖ ਬਕਾਇਦਾ ਮੈਂ ਫਦਾਨ ਚੜ ਕੇ ਆਪਾਂ ਇਹ ਗੱਲ ਕੀਤੀ ਲੜਾਈਆਂ ਹੁਣ ਰੱਪੜੇ ਹੁਣ ਆਪਾਂ ਕਿਸੇ ਡੇਰੇ ਤੇ ਨਹੀਂ ਗਏ ਨਵੀਆਂ ਫਦਾ ਕੋ ਗਏ ਨਾ ਕਿਸੇ ਕੋ ਗਿਆ ਸੀ ਪਿੰਡ ਦਾ ਸਹੀ ਨਾਂ ਤਾਂ ਲੈ ਕੇ ਆਉਣੀ ਅਨਪੜ੍ਹ